लुधियाना दे हलका गिल अधीन पेंदे पिंड कालक विखे बीते दिन जम्मू कटरा एक्सप्रैस लई जमीना दा कब्जा लैन लई सरकारी अमले समेत अफसरशाही पहुंची सी। प्रशासन वल्लों किसानां दे खेतां विच खड़ी फसल ते वी जेसीबी अते ट्रैक्टर चलाए गए। प्रशासन वल्लों किसानां दी पुत्तां वांगू पाली फसल खराब कीती गई। उत्थे ही किसानां वल्लों कीते गए विरोध नूं देखदे होए प्रशासन वल्लों कार्रवाई नूं रोकिया गया। उस तो बाद किसान जथेबंदी उगराहां वल्लों जोगिंदर सिंह उगराहां दी रहनुमाई हेठ पिंड कोटागा विखे किसानां वल्लों पक्का मोर्चा लगाया गया, जिस विच प्रधान उगराहां ने किसानां नूं खेतां विच दुबारा फसल लगाउण लई कहा। उत्थे ही जथेबंदी ने कहा है कि सरकार किसानां कोलों धक्के नाल उहनां दीआं जमीनां नहीं लै सकदी। किसान जथेबंदी दे प्रधान जोगिंदर सिंह उगराहां ने कहा कि जेकर सरकार नूं इह अपजाऊ जमीन चाहीदी है तां किसानां नूं उहनां दी ही जमीन दा पूरा बनदा मुल दित्ता जावे। रिपोर्ट सिटी लाइव चैनल लुधियाना। साडे चैनल ते हर खबर देखण लई चैनल नूं सबस्क्राइब करके नोटिफिकेशन ऑन करना ना भुल्लो। हाँ जी, असी लाउणी चालू करती आ। देखो सामने बंदा ला रहा वा, इत्थे कोई पैसे नहीं चके किसी ने, यह नजायज धक्का करिया वा। ये विरुद्ध असी केस भी किया जाऊ जिहड़ा प्रशासन ने साडे कोल इन्हां दा कले कले दी प्लेट नंबर असी पढ़ी हुई है, जिहड़े इत्थे आए सीगे जिन्हां ने धक्का करिया बाई नेम भी केस करांगे। असी कोई पैसा नहीं चक्किया, साडी जिहड़ा फसल दा उजाड़ा किया गया, किन्ना महंगा डीजल फूकिया किसानां ने, कद्दू करिया जां अपने लेबर नूं पैसे देणे आ। किसान तां अग्गे करजाई आ, इह सरकार होर मार रही आ किसानों नू। कंध ते लिखिया भगवंत मान भी पढ़ लवे, उहदे नौ उहदे विच बैंदिया विधानसभा हल्के जिथों उहदा जिथों उहने अपनी सियासत शुरू करी सी उत्थों नौ चो हारिया वा। उह समझ लो 92 MLA सी ना, नौ चो तां हुणे ही हार गया 3 महीने बाद। इह अपना कंध ते लिखिया पढ़ लवे, हुणे ही लोकां ने जवाब देता। जे एक नहीं धक्का हुंदा रहा तां इहनू चलदा कर देणगे लोक। ਇਹ ਅਸੀਂ ਮੋਰਚਾ ਉੱਥੇ ਜਿਹੜਾ ਜਿੱਤਿਆ ਵਾ ਉਹ ਮੋਰਚੇ ਦੇ ਸਭ ਲੋਕ ਸੁਚੇਤ ਨੇ। ਦੇਖੋ ਤੁਸੀਂ ਸੰਗਰੂਰ ਹੁਣ ਕੀ ਹੋਇਆ, ਇੱਥੋਂ ਹੀ ਇਹਨੇ ਸ਼ੁਰੂ ਕਰਿਆ। ਪਿਛਲੀ ਵਾਰੀ 3 ਲੱਖ ਵੋਟ 'ਤੇ ਇਹ ਜਿੱਤਿਆ ਸੀਗਾ ਉੱਥੋਂ, ਹੁਣ ਦੇਖੋ ਕੀ ਬਣਿਆ ਦਾ। ਹੁਣ ਇਹ ਕਿਵੇਂ ਕਹਿੰਦੇ ਆ ਜੀ ਝੋਨਾ ਲਾਉਂਦੇ ਸੀ, ਫਲਾਨਾ ਕਰਦੇ ਸੀ, ਇਹ ਹੁਣ ਲਿਪੀ ਪੋਚਾ ਕਰਦੇ ਆ, ਮੂੰਹ 'ਤੇ ਸਿੱਕਰੀ ਆਈ ਪਈ ਇਹਨਾਂ ਦੇ। ਹੁਣ ਸਭ ਲੋਕ ਸੁਚੇਤ ਨੇ, ਆਹ ਦੇਖੋ ਕਿੰਨਾ ਕਿੰਨਾ ਵੱਡਾ ਧੱਕਾ ਕਰਿਆ ਵਾ। ਜਦ ਕਿਸਾਨ ਨੇ ਪੈਸੇ ਨਹੀਂ ਚੱਕੇ, ਜਦ ਸਾਨੂੰ ਸਰਕਾਰ ਕਹਿੰਦੀ ਆ ਤੁਹਾਡੇ ਨਾਲ ਸਹਿਮਤੀ ਕਰਾਂਗੇ, ਉਹ 28-7 ਦਾ ਵਾਰਡ ਜਿਹੜਾ ਹੈਗਾ ਬਈ ਉਹਦੇ ਯੂਨੀਫਾਰਮ ਵਾਰਡ ਕਹਿੰਦੇ ਆ, ਉਹਦੇ ਵਿੱਚ ਲਿਖਿਆ ਹੋਇਆ ਵਾ ਵੀ ਜੇ ਕਿਤੇ ਕਿਸੇ ਤਹਿਸੀਲ ਦਾ ਘੱਟ ਰੇਟ ਆ ਤਾਂ ਨਾਲ ਦੀ ਤਹਿਸੀਲਾਂ ਤੁਸੀਂ ਪਾ ਸਕਦੇ ਆ। ਜਿੱਦਣ ਭਗਵੰਤ ਮਾਨ ਨਾਲ ਮੀਟਿੰਗ ਹੋਈ ਆ ਮੁੱਖ ਮੰਤਰੀ ਨਾਲ ਉੱਥੇ ਚੰਡੀਗੜ੍ਹ, ਉਦੋਂ ਮੰਨੇ ਆ ਬਈ ਲੁਧਿਆਣੇ ਜਿਵੇਂ ਜਿਹੜਾ ਜ਼ਿਲ੍ਹਾ ਜ਼ਿਲ੍ਹੇ ਵਾਈਜ਼ ਜਿਹੜਾ ਉੱਚਾ ਪਿੰਡ ਹੋਊਗਾ ਉਹ ਪਾਇਆ ਜਾਵੇ। ਸਾਡੀ ਉੱਥੇ ਲਿਖ ਕੇ ਦੇ ਗਏ ਅਸੀਂ ਵੀ ਦਾਖਾ ਭਨੋੜਾਂ, ਇੱਥੇ ਤੁਸੀਂ 22 ਯੋਗ ਜ਼ਮੀਨ ਦਾ ਦਾਖੀ 1,99,00,000 ਔਰ ਭਨੋੜਾਂ 1,40,00,000 ਰੁਪਈਆ ਕੀਮਤ ਪਾਈ ਆ, ਪਰ ਇੱਥੇ ਕੀ ਆ, ਇੱਥੇ 35-40-50 ਇਹ ਵੀ ਜ਼ਮੀਨ ਉਹੀ ਜੀ ਆ। ਅਸੀਂ ਇਹ ਕਹਿੰਦੇ ਸੀ ਵੀ ਤੁਸੀਂ ਜ਼ਿਲ੍ਹਾ ਵਾਈਜ਼ ਉੱਚਾ ਪਿੰਡ ਚੱਕ ਕੇ ਪਾ ਦਿਓ, ਤੁਹਾਨੂੰ ਕਬਜ਼ਾ ਦਵਾ ਦਾਂਗੇ। ਠੀਕ ਆ, ਇਹ ਅਸੀਂ ਮਤਲਬ ਇਹ ਸੜਕ ਬਣਨੀ ਆ, ਪਰ ਉਹਦੇ ਵਿੱਚ ਇਹ ਵੀ ਲਿਖਿਆ ਵੀ ਐਕਟ ਦੇ ਵਿੱਚ ਵੀ ਕਿਸਾਨ ਦੀ ਸਹਿਮਤੀ ਲੈਣੀ ਆ, ਕਿਸਾਨ ਕੋਲੋਂ ਐਫੀਡੇਵਿਟ ਲੈਣਾ ਵਾ ਵੀ ਉਹ ਸਹਿਮਤ ਆ, ਉਹਨੂੰ ਮੁਆਵਜ਼ਾ ਮਿਲ ਗਿਆ। ਜੇ ਕਿਸਾਨ ਕੋਈ ਆਪਣੀ ਜ਼ਮੀਨ ਵੇਚਦਾ ਉਹ ਇੱਕ ਪਾਸਿਓਂ ਆਪਣੇ ਮਨ ਭਾਅ ਨਾਲ ਵੇਚਦਾ ਵਾ, ਇਹ ਤਾਂ ਵਿਚਾਲਿਓਂ ਪਾੜਦੇ ਆ, 3-3 ਟੋਟੇ ਹੋਈ ਜਾਂਦੇ ਆ, 4-4 ਨਾ ਉਹਨਾਂ ਨੂੰ ਪਾਣੀ ਲੈਣਾ, ਉਹ ਅਗਲੇ ਦੀ ਬੰਜਰ ਬਣ ਜਾਣੀ ਆ। ਨਾਲੇ ਐਕਸਪ੍ਰੈਸ ਵੇ ਆ ਜੀ, ਇਹ ਜਿਹੜੀ ਐਕਸਪ੍ਰੈਸ ਵੇ ਆ ਉੱਚੀ ਵੀ ਬਹੁਤ ਜਾਣੀ ਆ, ਜਾਲੀ ਲਾ ਕੇ ਬੰਦ ਹੋਣੀ ਆ। ਇਹ ਜੇ ਲਾਮੀ ਕੋਈ ਕਿਸਾਨਾਂ ਦਾ ਬਚ ਗਿਆ ਰਕਬਾ ਉਹਦਾ ਕੋਈ ਕੀਮਤ ਨਹੀਂ ਵਧਣੀ, ਘਟਣੀ ਆ, ਉਜਾੜਾ ਹੋਣਾ ਸਾਡਾ। ਗਰੀਬ ਕਿਸਾਨ ਆ, ਉਹਨੇ 1 ਰੁਪਈਆ ਨਹੀਂ ਚੱਕਿਆ ਹੋਇਆ, ਉਹਦੇ 'ਤੇ ਕਾਰਵਾਈ ਕਰੀ ਆ ਸਾਰੀ ਕਾਰਵਾਈ। ਜਿਨ੍ਹਾਂ ਨੇ ਨਹੀਂ ਪੈਸੇ ਚੱਕੇ ਸੀ ਉਹਨਾਂ 'ਤੇ ਹੋਈ ਆ ਕਾਰਵਾਈ ਸਾਰੀ। ਇਹ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਵੀ ਇਹਨੂੰ ਧੱਕੇਸ਼ਾਹੀ ਨੂੰ ਬੰਦ ਕੀਤਾ ਜਾਵੇ, ਇਹਨੂੰ ਸਹੀ ਮੁਆਵਜ਼ਾ ਪਾਇਆ ਜਾਵੇ, ਨਹੀਂ ਅਸੀਂ ਇੱਥੇ ਖੇਤਾਂ ਵਿੱਚ ਨਹੀਂ ਵੜਨ ਦੇਵਾਂਗੇ। ਕਿਉਂ ਕਿਸਾਨਾਂ ਨੇ ਤਾਂ ਰਹਿਣਾ ਹੀ, ਹੁਣ 3-4 ਮਹੀਨੇ ਇੱਥੇ ਖੇਤਾਂ 'ਚ ਹੀ ਅਸੀਂ, ਚਾਹੇ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ, ਉਦੋਂ ਸਾਡੇ ਨਾਲ ਧੋਖਾ ਕਰ ਗਏ ਇਹ, ਪਰ ਹੁਣ ਅਸੀਂ ਇਹਨਾਂ ਨੂੰ ਖੇਤਾਂ 'ਚ ਨਹੀਂ ਵੜਨ ਦਿੰਦੇ ਹੈਗੇ। ਜੋ ਮਰਜ਼ੀ ਹੋ ਜਾਵੇ, ਜਿੰਨਾ ਚਿਰ ਕਿਸਾਨ ਦਾ ਹੱਕ ਨਹੀਂ ਮਿਲਦਾ ਉਨਾ ਚਿਰ ਕਿਸਾਨ ਲੜੂਗਾ। ਜਥੇਬੰਦੀਆਂ ਸਾਰੀਆਂ, ਸੰਯੁਕਤ ਮੋਰਚਾ ਸਾਰਾ ਸਾਡੇ ਨਾਲ ਆ, ਸਾਡੇ ਨਾਲ ਸਾਰੀਆਂ ਜਥੇਬੰਦੀਆਂ ਚੱਲ ਰਹੀਆਂ ਸਾਡੇ ਹੱਕ, ਕਿਸਾਨਾਂ ਦੇ ਹੱਕ 'ਚ। ਜਿਵੇਂ ਉਹ ਵੀ ਸਾਡਾ ਜ਼ਮੀਨ ਅਤੇ ਜ਼ਮੀਰ ਦਾ ਚੱਲਿਆ, ਜਿਹੜਾ ਦਿੱਲੀ ਚੱਲਿਆ ਸਾਡਾ ਸੰਘਰਸ਼, ਇਹ ਵੀ ਉਹੀ ਆ, ਸਾਡੀਆਂ ਜ਼ਮੀਨਾਂ ਜਾ ਰਹੀਆਂ ਨੇ, ਸਾਨੂੰ ਜ਼ਮੀਨ ਗਾਹਾਂ ਮਿਲਣੀ ਨਹੀਂ। ਲੋਕ ਪਹਿਲਾਂ ਕਿਸਾਨ ਕਰਜ਼ਈਆ ਗਈਆਂ ਦੀਆਂ ਲਿਮਟਾਂ ਕੱਟ ਲੈਣੀਆਂ ਨੇ, ਗਾਹਾਂ ਲੈ ਕਿਸਾਨ ਨੇ ਲੈਣ ਜੋਗੇ ਨਹੀਂ ਲੈਣਾ, ਇਹ ਜਿਹੜਾ ਮੁਆਵਜ਼ਾ ਪਾ ਰਹੇ ਆ ਉਹ ਤਾਂ ਉਜਾੜਾ ਭੱਤਾ ਪਾ ਕੇ 40-50 ਲੱਖ ਬਣਦਾ, ਉਹ ਤਾਂ 25 ਲੱਖ ਹੀ ਦੇ ਰਹੇ ਆ ਨਾ, ਉਹ ਤਾਂ ਕਜਾੜਾ ਪੱਤਾ ਵਿੱਚ। ਜਦੋਂ ਹੁਣ ਝੋਨਾ ਲੱਗਦਾ ਪਿਆ, ਜੇ ਪ੍ਰਸ਼ਾਸਨ ਝੋਨਾ ਲੱਗਦੇ ਦੇ ਵਿੱਚ ਕੋਈ ਕਾਰਵਾਈ ਕਰਦੀ ਹੈ ਤਾਂ ਜਥੇਬੰਦੀ ਕਿੱਥੇ ਖੜੀ ਹੈ? ਜਥੇਬੰਦੀ ਖੜੀ ਹੈ ਸਾਡੇ ਨਾਲ ਚਟਾਨ ਵਾਂਗੂ, ਉਹ ਕਹਿੰਦੇ ਅਸੀਂ ਇਹਦਾ ਵਿਰੋਧ ਕਰਾਂਗੇ।
चाहे कुछ भी हो जाए डट के खड़ा गए। उदन सानू नहीं पता सी, हुण असीं आपदे ट्रैक्टर भी लियावांगे, जिवें दिल्ली लिया आए ट्रैक्टर ट्रालियां साडियां तैयार ने, असीं इन्हां दे मूहरे लावांगे लियाउण बुलडोजर, ये साडे कोल भी ट्रैक्टर तैयार ने, असीं मूहरे इन्हां दे ट्रैक्टर लावांगे, सब कुछ असीं देखांगे की करदे। असीं जद साडे नौजवान एड्डे एड्डियां खाइयां 50-50 फुट भर के सड़कां पट्टियां नूं जा सकदे दिल्ली नूं, तां असीं इत्थे की नहीं कर सकदे। जिमीदारां वल्लों झोना लगाउण दी जिहड़ी शुरुआत कीती गई है, इहनूं तुसीं किद्दां देखदे हो? ਇਹ ਜਥੇਬੰਦੀ ਦਾ ਫੈਸਲਾ ਸੀਗਾ ਕਿ ਜੇ ਧੱਕੇ ਨਾਲ ਸਰਕਾਰ ਤੁਹਾਡੀ ਜ਼ਮੀਨ 'ਤੇ ਕਬਜ਼ਾ ਕਰ ਸਕਦੀ ਹੈ ਤਾਂ ਤੁਹਾਨੂੰ ਵੀ ਹੱਕ ਹੈ ਕਿ ਤੁਸੀਂ ਆਪਣਾ ਕਬਜ਼ਾ ਛੱਡਣਾ ਨਹੀਂ, ਉਹ ਅਸੀਂ ਕਬਜ਼ਾ ਬਰਕਰਾਰ ਰੱਖਣ ਦੀ ਖਾਤਰ ਆਪਣੀ ਜ਼ਮੀਨ ਦੇ ਵਿੱਚ ਝੋਨਾ ਲਗਾ ਰਹੇ ਹਾਂ। ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਆ, ਤੁਸੀਂ ਸਾਡੇ ਦੁੱਖ ਦੀ ਰਮਜ਼ ਨੂੰ ਪਛਾਣਿਆ। ਵੱਡੀ ਗੱਲ ਇੱਕ ਇਹ ਆ, ਜੇ ਸਰਕਾਰ ਨੇ ਆਪਾਂ ਨੂੰ ਗਰੀਬ ਬੰਦਿਆਂ ਨੂੰ ਮਾਰਨ ਲੱਗੇ ਨੇ ਤਾਂ ਉਹਦਾ ਕੋਈ ਹੱਲ ਨਹੀਂ ਹੋਣਾ। ਮਾਰ ਕੇ ਵੀ ਮੈਂ 1.5 ਕਿੱਲੇ ਦਾ ਮਾਲਕ ਹਾਂ, ਪਿੰਡ ਛਪਾਰ ਆ। ਹਾਂ ਨਹੀਂ, ਤੁਹਾਡੀ ਤੁਹਾਡਾ ਤਾਂ ਪਿੰਡ ਛਪਾਰ ਪੈਂਦਾ ਨਾ? ਹਾਂਜੀ, ਤੇ ਆਹੀ ਜਿਹੜੀ ਨਾਲ ਹੀ ਹਾਂ ਵਿੱਚ ਬੈਠੇ ਹਾਂ, ਦਿੱਲੀ ਕਟੜਾ ਐਕਸਪ੍ਰੈਸ ਦੇ ਵਿੱਚ ਬੈਠੇ ਹਾਂ। ਜਿਹੜੇ ਭਰਾਵਾਂ ਦੀ ਖਾਤਰ ਸਾਰੀ ਗੱਲ ਹੋਊਗੀ, ਅਸੀਂ ਵੀ ਨਾਲ ਖੜੇ ਹਾਂ।